ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਅੱਜ ਸਵੇਰ ਤੋਂ ਨਿਊਜ਼ ਦੇ ਵਿੱਚ ਇਹ ਖਬਰ ਆ ਰਹੀ ਸੀ ਕਿ ਸ਼ਾਇਦ ਅੱਜ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਉਹਨਾਂ ਦੀ ਅੱਜ ਜਿਹੜੀ ਇਹ ਸੈਂਟੈਂਸ ਰਿਵਿਊ ਬੋਰਡ ਸੀ ਉਹਦੇ ਵਿੱਚ ਅੱਜ ਪੂਰੀ ਸੰਭਾਵਨਾ ਸੀ ਕਿ ਉਹਨਾਂ ਦੀ ਜਿਹੜੀ ਰਿਹਾਈ ਹੋ ਜਾਊਗੀ। ਔਰ ਚੋਣਾਂ ਦੌਰਾਨ ਆਪ ਪਾਰਟੀ ਦੇ ਮੁਖੀ ਕੇਜਰੀਵਾਲ ਉਹਨੂੰ ਇਸ ਗੱਲ ਦਾ ਅਹਿਸਾਸ ਵੀ ਹੋ ਗਿਆ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਉਹਦਾ ਸਿੱਖ ਵਿਰੋਧੀ ਚਿਹਰਾ ਉਹ ਕਿਸ ਤਰ੍ਹਾਂ ਨਸ਼ਰ ਹੋਇਆ। ਪਰ ਮੈਂ ਸਮਝਦਾ ਸੀ ਕਿ ਸ਼ਾਇਦ ਇਹਨਾਂ ਚੋਣਾਂ ਦੇ ਵਿੱਚ ਜੋ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਉਹਦਾ ਅੱਜ ਨਤੀਜਾ ਕੋਈ ਵਧੀਆ ਨਿਕਲੂਗਾ ਅਤੇ ਸ਼ਾਇਦ ਭੁੱਲਰ ਸਾਹਿਬ ਦੀ ਜਿਹੜੀ ਉਹ ਰਿਹਾਈ ਹੋ ਜਾਊਗੀ। ਪਰ ਹੁਣ ਮੀਡੀਏ ਤੋਂ ਦੁਬਾਰਾ ਇਹ ਖਬਰਾਂ ਮਿਲੀਆਂ ਕਿ ਅੱਜ ਚੌਥੀ ਪੰਜਵੀਂ ਵਾਰੀ ਜਿਹੜੀ ਉਹਨਾਂ ਦੀ ਸੈਂਟੈਂਸ ਰਿਵਿਊ ਬੋਰਡ ਸੀ ਉਹਨਾਂ ਨੇ ਅੱਜ ਫਿਰ ਉਹ ਜਿਹੜੀ ਮੀਟਿੰਗ ਸੀਗੀ ਭੁੱਲਰ ਸਾਹਿਬ ਦੇ ਮਸਲੇ 'ਤੇ ਉਹ ਫਰਦਰ ਗਾਹਾਂ ਕਰ ਪਾ ਦਿੱਤੀ। ਅੱਜ ਕੋਈ ਫੈਸਲਾ ਨਹੀਂ ਕੀਤਾ ਅਤੇ ਮੈਂ ਸਮਝਦਾ ਹੁਣ ਇਹ ਗੱਲ ਵੀ ਭਲੀ ਭਾਂਤ ਸਾਰਿਆਂ ਨੂੰ ਸਮਝ ਆ ਜਾਣੀ ਚਾਹੀਦੀ ਆ ਕਿ ਕੇਜਰੀਵਾਲ ਦੀ ਜਿਹੜੀ ਸਿੱਖ ਵਿਰੋਧੀ ਸੋਚ ਦਿੱਲੀ ਦੇ ਵਿੱਚ ਕੈਬਨਿਟ ਦੇ ਵਿੱਚ ਕੋਈ ਵਜ਼ੀਰ ਨਾ ਲਿਆਉਣਾ ਅਤੇ ਪੰਜਾਬ ਦੇ ਵਿੱਚ ਦੀ ਜਿਹੜੀ ਸਿੱਖ ਵਿਰੋਧੀ ਸੋਚ ਦਿੱਲੀ ਦੇ ਵਿੱਚ ਕੈਬਨਿਟ ਦੇ ਵਿੱਚ ਕੋਈ ਵਜ਼ੀਰ ਨਾ ਲਿਆਉਣਾ ਅਤੇ ਪੰਜਾਬ ਦੇ ਵਿੱਚ ਵੋਟਾਂ ਦੌਰਾਨ ਇਹ ਮੁੱਦਾ ਬੜੇ ਪੱਧਰ 'ਤੇ ਵੱਡੇ ਪੱਧਰ 'ਤੇ ਉੱਠਿਆ ਸੀਗਾ ਪਰ ਉਹਦੇ 'ਤੇ ਕੋਈ ਨਿਰਣਾ ਨਾ ਲੈਣਾ। ਹੁਣ ਇਹ ਜਿਹੜੀ ਬਿੱਲੀ ਛਿੱਕੇ ਤੋਂ ਬਾਹਰ ਆ ਚੁੱਕੀ ਆ। ਦਿੱਲੀ ਦੇ ਵਿੱਚ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਅਤੇ ਮੈਂ ਸਮਝਦਾ ਪਹਿਲਾਂ ਪੰਜਾਬ ਦੇ ਲੋਕਾਂ ਲਈ ਵੀ ਇੱਕ ਬੜਾ ਵੱਡਾ ਇਹਨੇ ਸਿੱਖਾਂ ਨਾਲ ਖਾਸ ਕਰਕੇ ਬੜਾ ਵੱਡਾ ਧਰੋਹ ਕਮਾਇਆ ਕਿ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਸੈਂਟਰ ਸਰਕਾਰ ਵੱਲੋਂ ਕੁਝ ਜੁਝਾਰੂ ਵੀਰਾਂ ਦੀ ਕੀਤੀ ਗਈ ਸੀ ਉਹਦੇ ਵਿੱਚ ਵਾਰ ਵਾਰ ਅੜਚਣਾ ਪਾਉਣੀਆਂ ਇਹ ਗੱਲ ਅਹਿਸਾਸ ਕਰਵਾ ਰਹੀਆਂ ਵੀ ਕਿੱਡਾ ਕਿ ਸਿੱਖ ਹੇਤੂ ਆ। ਸੋ ਦਿੱਲੀ ਦੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਡਬਲ ਰੂਪ ਚੱਲ ਰਿਹਾ ਪੰਜਾਬ ਦੇ ਵਿੱਚ ਕੋਈ ਹੋਰ ਰੂਪ ਦਿੱਲੀ ਦੇ ਵਿੱਚ ਕੋਈ ਹੋਰ ਰੂਪ ਹੁਣ ਕਿਉਂਕਿ ਸਾਰਾ ਕੁਝ ਸਾਹਮਣੇ ਆ ਚੁੱਕਾ ਵਾਰ ਵਾਰ ਜਿਹੜਾ ਉਹਨਾਂ ਦੇ ਸੈਂਟੈਂਸ ਨੂੰ ਉਹ ਰਿਹਾਈ ਦੇ ਵਿੱਚ ਨਾ ਬਦਲਣਾ ਇਹ ਗੱਲ ਭਲੀ ਭਾਂਤ ਅਹਿਸਾਸ ਕਰਵਾ ਰਿਹਾ ਕਿ ਕਿੱਡਾ ਕਿ ਸਿੱਖ ਹੇਤੂ ਆ। ਸੋ ਮੈਂ ਜਿੱਥੇ ਇਸ ਗੱਲ ਦੀ ਅੱਜ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦਾ ਤਾਂ ਮੈਂ ਇਹ ਵੀ ਸਮਝਦਾ ਕਿ ਕੇਜਰੀਵਾਲ ਦੀ ਉਹ ਸੋੜੀ ਸੋਚ ਜਿਹੜੀ ਆ ਉਹ ਅੱਜ ਪ੍ਰਗਟ ਹੋ ਗਈ ਆ। ਸੋ ਸਾਨੂੰ ਆਸ ਸੀ ਉਹ ਆਸ ਜਿਹੜੀ ਆ ਉਹ ਅੱਜ ਇਹਨੀ ਮੀਟਿੰਗ ਜਿਹੜੀ ਉਹ ਫਰਦਰ ਸਸਪੈਂਡ ਕਰਕੇ ਪੈਂਡਿੰਗ ਕਰਕੇ ਇਹ ਗੱਲ ਅਹਿਸਾਸ ਕਰਵਾ ਦਿੱਤੀ ਕਿ ਕਿੱਡਾ ਕਿਹੇ ਪੰਜਾਬ ਹੇਤੂ ਅਤੇ ਸਿੱਖ ਹੇਤੂ ਆ। ਸੋ ਸਾਨੂੰ ਇਹ ਗੱਲਾਂ ਸਾਰੀਆਂ ਸਮਝ ਲੈਣੀਆਂ ਚਾਹੀਦੀਆਂ। ਇੱਕ ਵਾਰੀ ਫਿਰ ਦੁਬਾਰਾ ਤੋਂ ਸੈਂਟਰ ਸਰਕਾਰ ਤੋਂ ਵੀ ਇਸ ਉਮੀਦ ਦੇ ਵਿੱਚ ਆ ਕਿ ਜਿਨ੍ਹਾਂ ਦਾ ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਇਹ ਫੈਸਲਾ ਕੀਤਾ ਸੀ ਕਿ ਸਿੱਖ ਬੰਦੀਆਂ ਨੂੰ ਉਹਨਾਂ ਜੁਝਾਰੂ ਵੀਰਾਂ ਨੂੰ ਰਿਹਾਅ ਕਰਨਾ, ਤੁਸੀਂ ਉਹਨਾਂ 'ਤੇ ਗੌਰ ਕਰਕੇ ਉਹਨਾਂ ਸਾਰਿਆਂ ਨੂੰ ਵੀ ਰਿਹਾਈ ਦੇ ਵਿੱਚ ਸਾਰੀ ਮਦਦ ਕਰੋ। ਸੋ ਇੰਨੀ ਬੇਨਤੀ ਕਰਦਾ, ਸਾਰੀ ਸਿੱਖ ਕੌਮ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਜਿਹੜੇ ਮਨਸੂਬੇ ਆ ਉਹਨਾਂ ਨੂੰ ਆਪਾਂ ਪੂਰੇ ਨਹੀਂ ਹੋਣ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अब उपलब्ध है 1100 प्लस डिजिटल केबल नेटवर्क पर एन एंड्रॉइड बेस्ड डीटीएच स्मार्ट सेटअप बॉक्स सभी ओटीटी प्लेटफॉर्म 24 घंटे लाइव देखे हमारे सोशल मीडिया पेजेस पर।